जिस 38,000 जनता ने मेरी मैनू वोट पाई है ਉਹਨਾਂ ਦੇ ਕੰਮ ਵੀ ਤਾਂ ਮੈਂ ਨਿਪਟਾਣੇ ਹੈਗੇ ਆ ਕਿਉਂਕਿ ਕਾਨੂੰਨੀ ਲੜਾਈ ਨੂੰ ਟਾਈਮ ਲੱਗਦਾ ਹੈਗਾ ਵਾ ਇੱਕ ਰਾਤ ਦੇ ਵਿੱਚ ਤਾਂ ਮੈਂ ਕਿਸੇ ਨੂੰ ਫਾਂਸੀ ਨਹੀਂ ਕਰਾਣੀ ਹੈਗੀ ਕਿਉਂਕਿ ਮੈਂ ਆਪ ਜੱਜ ਰਹੀ ਹੈਗੀ ਆ ਪੂਰੇ ਸਬੂਤ ਇਕੱਠੇ ਕਰਾਵਾਂਗੀ ਉਸ ਹਿਸਾਬ ਦੇ ਨਾਲ ਬੰਦੇ ਬੰਦੇ ਤੇ ਜਿੱਦਾਂ ਦੀ ਕਾਰਵਾਈ ਉਹ ਕੀਤੀ ਜਾਏਗੀ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਜਿਹੜੇ ਆਲਰੇਡੀ ਮੇਰੇ ਕਪੂਰਥਲੇ ਵਾਸੀਆਂ ਦੇ ਉੱਤੇ ਜਾਲੀ ਪਰਚੇ ਹੋਏ ਹੋਏ ਆ ਉਹ ਮੈਂ ਕੈਨਸਲ ਕਰਾਉਂਗੀ ਜਿਹੜੀਆਂ ਇਨਕੁਆਇਰੀਆਂ ਪੈਂਡਿੰਗ ਪਈਆਂ ਨੇ ਨਸ਼ਾ ਤਾਂ ਟੋਟਲੀ ਜੜੋਂ ਬੰਦ ਕਰਾ ਦੂੰਗੀ ਕੋਈ ਗੁੰਡਾਗਰਦੀ ਨਹੀਂ ਹੋਏਗੀ ਵਿਕਾਸ ਹੋਊਗਾ ਜਿੰਨਾ ਪੈਸਾ ਵਿਕਾਸ ਦਾ ਆਇਆ ਹੋਇਆ ਪੁਰਾਣਾ ਪੈਸੇ ਦਾ ਵੀ ਪੂਰਾ ਮੈਂ ਹਿਸਾਬ ਲੈਣਾ ਹੈਗਾ ਜਨਤਾ ਦਾ ਪੈਸਾ ਜਨਤਾ ਦੀ ਡਿਵੈਲਪਮੈਂਟ ਤੇ ਲਗਾਉਣਾ ਹੈਗਾ ਮੈਡਮ ਜਿਹੜਾ ਦੇ ਇਲੈਕਸ਼ਨਾਂ ਦੌਰਾਨ ਪਰਚੇ ਹੋਏ ਹੋਏ ਸੀ ਕਾਂਗਰਸੀ ਕਈ ਕੌਂਸਲਰ ਰਹੀ ਵਿਅਕਤੀ ਆ ਰਹੀ ਕਾਫੀ ਪਰਚੇ ਦੇਖੋ ਮੇਰੇ ਲਈ ਦੇਖੋ ਮੇਰੇ ਲਈ ਨਾ ਕਾਂਗਰਸ ਹੈ ਇਸ ਟਾਈਮ ਨਾ ਮੇਰੇ ਲਈ ਅਕਾਲੀ ਹੈ ਮੈਂ ਇੱਕ ਕਪੂਰਥਲੇ ਦੀ ਮਾਂ ਵਾਂ ਇਸ ਟਾਈਮ ਦੇ ਉੱਤੇ ਜਿਹਦੇ ਤੇ ਵੀ ਜਾਲੀ ਪਰਚਾ ਹੋਇਆ ਉਹ ਕੈਨਸਲ ਕੀਤਾ ਜਾਏਗਾ ਜਿਨ੍ਹਾਂ ਦੇ ਪਰਚੇ ਤਾਂ ਜਿਹੜਾ ਕਾਨੂੰਨ ਨੇ ਉਹ ਤਾਂ ਜਾਇਜ਼ ਤੇ ਤਾਂ ਕਾਨੂੰਨੀ ਕਾਰਵਾਈ ਹੋਣੀ ਹੈਗੀ ਆ ਸਿਰਫ ਨਜਾਇਜ਼ ਚੀਜ਼ ਪ੍ਰਾਈਵੇਟ ਸਕੂਲਾਂ ਸਕੂਲ ਮਾਫੀਆ ਰਾਜ ਚੱਲ ਰਿਹਾ ਹੁਣ ਸਕੂਲਾਂ ਬੱਚਿਆਂ ਨੂੰ ਐਡਮਿਸ਼ਨ ਕਰਵਾਉਣ ਦਾ ਟਾਈਮ ਆ ਰਿਹਾ ਹਰ ਚੀਜ਼ ਨੂੰ ਨੋਟਿਸ ਚ ਲੈ ਕੇ ਹਰ ਚੀਜ਼ ਤੇ ਕਾਰਵਾਈ ਕੀਤੀ ਜਾਊਗੀ ਪਹਿਲ ਜਦੋਂ ਤੁਹਾਨੂੰ ਕਹਿਤਾ ਕਿ ਭ੍ਰਿਸ਼ਟਾਚਾਰ ਹੀ ਖਤਮ ਕਰਨਾ ਭ੍ਰਿਸ਼ਟਾਚਾਰ ਚ ਹੀ ਆਂਦਾ ਵਾ ਜੇ ਕੋਈ ਸਕੂਲਾਂ ਵਾਲੇ ਨਜਾਇਜ਼ ਫੀਸ ਲੈਣਗੇ ਉਹਨਾਂ ਤੇ ਐਕਸ਼ਨ ਲਿੱਤਾ ਜਾਊਗਾ ਕੰਮ ਜਾਇਜ਼ ਹੋਣਾ ਵਾ ਜਾਇਜ਼ ਕੰਮ ਹੈ ਉਹ ਚਾਹੇ ਕਿੰਨਾ ਵੱਡਾ ਅਫਸਰ ਹੈ ਉਹਦੇ ਤੇ ਕੁਝ ਨਹੀਂ ਹੋਣਾ ਨਜਾਇਜ਼ ਕੰਮ ਹੈ ਉਹਦੇ ਵਿੱਚ ਐਕਸ਼ਨ ਲੈਣਾ ਹੀ ਲੈਣਾ ਹੈਗਾ ਪਿਛਲੇ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਆ ਪੁਲਿਸ ਅਧਿਕਾਰੀ ਆ ਕੀ ਉਹ ਹੁਣ ਬਦਲੇ ਜਾਊਗੇ ਜਾਂ ਉਹੀ ਰਹੂਗੇ ਦੇਖੋ ਇਹ ਡਿਸੀਜਨ ਸਾਡੇ ਸੁਪਰੀਮੋ ਲੀਡਰਸ ਆਨਰੇਬਲ ਕੇਜਰੀਵਾਲ ਸਾਹਿਬ ਨੇ ਲੈਣਾ ਹੈ ਆਪਣੀ ਜਿੱਤ ਹਾਸਲ ਕਰਕੇ ਆਏ ਰੋਡ ਤੋਂ ਸ਼ੋਰ ਕਰ ਰਹੇ ਹਾਂ ਅਤੇ ਆਏ ਭਗਤ ਸਿੰਘ ਜੀ ਦੀ ਅੱਜ ਉੱਥੇ ਫੁੱਲ ਭੇਟ ਵਾਲਾ ਕਰਨ ਆ ਰਹੇ ਹਾਂ ਅਤੇ ਇਹ ਬੜੀ ਖੁਸ਼ੀ ਦਾ ਦਿਨ ਹੈ ਅੱਜ ਜੋ ਅੱਜ ਹੋ ਰਿਹਾ ਅਤੇ ਅਸੀਂ ਜੋ ਵੀ ਸਾਡੇ ਕੇਜਰੀਵਾਲ ਜੀ ਔਰ ਭਗਵੰਤ ਮਾਨ ਜੀ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਦੇ ਸਾਰੇ ਵਿਕਾਸ ਦੇ ਔਰ ਜਿਹੜੇ ਵਧੀਆ ਕੰਮ ਕਰਾਂਗੇ ਲੋਕਾਂ ਦੀ ਆਸਾਂ ਦੇ ਖਰੇ ਉਤਰਾਂਗੇ